ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਬਿਗ ਬ੍ਰੇਕਿੰਗ ਨਿਊਜ਼ ਨਿਕਲ ਕੇ ਸਾਹਮਣੇ ਆ ਰਹੀ ਆ ਮੋਦੀ ਸਰਕਾਰ ਨੂੰ ਲੱਗਾ ਵੱਡਾ ਵੱਡਾ ਝਟਕਾ ਆਈ ਇਹ ਤਾਜ਼ਾ ਖਬਰ ਸੋ ਦੋਸਤੋ ਵੀਡੀਓ ਨੂੰ ਅੰਤ ਤੱਕ ਦੇਖਿਓ ਤਾਂ ਜੋ ਤੁਹਾਨੂੰ ਮੋਦੀ ਸਰਕਾਰ ਨੂੰ ਲੱਗੇ ਹੋਏ ਵੱਡੇ ਝਟਕੇ ਦਾ ਪਤਾ ਲੱਗ ਸਕੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਿਸਾਨ ਵੀਰਾਂ ਦੇ ਨਾਲ ਪੰਜਾਬ ਵਾਸੀਆਂ ਦੇ ਨਾਲ ਸਰੋਤੇ ਵੀਰੋ WhatsApp groupਾਂ ਤੇ face ਵਿੱਚ Facebook ਦੇ ਵਿੱਚ ਤੁਸੀਂ ਸਾਂਝਾ ਕਰਨਾ ਕਿਉਂਕਿ ਮੋਦੀ ਸਰਕਾਰ ਨੂੰ ਵੱਡਾ ਝਟਕਾ ਲੱਗ ਚੁੱਕਾ ਹੈ ਜੀ ਪੰਜਾਬ ਦੇ ਸੂਬੇ ਤੋਂ ਇੱਕ ਵੱਡੀ ਸੱਟ ਭਾਜਪਾ ਪਾਰਟੀ ਨੂੰ ਆਉਣ ਲੱਗੀ ਆ ਪਰ ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ BJP ਦੇ ਲਈ ਦੋ ਸ਼ਬਦ ਕਮੈਂਟ ਸੈਕਸ਼ਨ ਚ ਤੁਸੀਂ ਰੱਖ ਸਕਦੇ ਹੋ ਭਾਰਤੀ ਜਨਤਾ ਪਾਰਟੀ ਦੀ ਸੂਬੇ ਦੀ ਮਹਿਲਾ ਮੋਰਚਾ ਟੀਮ ਹੈ ਭਾਜਪਾ ਦੀ ਪੰਜਾਬ ਸੂਬੇ ਦੀ ਮਹਿਲਾ ਮੋਰਚਾ ਟੀਮ ਨੇ ਕੇਂਦਰ ਸਰਕਾਰ ਵੱਲੋਂ ਸੋਧ ਕਰਕੇ ਜਾਰੀ ਕੀਤੇ ਗਏ ਨਵੇਂ ਤਿੰਨ ਖੇਤੀ ਆਰਡੀਨੈਂਸਾਂ ਦੀ ਜਮ ਕੇ ਨਖੇਦੀ ਕੀਤੀ ਹੈ ਜੀ ਭਾਜਪਾ ਦੀ ਮਹਿਲਾ ਮੋਰਚਾ ਟੀਮ ਦੇ ਵੱਲੋਂ ਕੇਂਦਰ ਸਰਕਾਰ ਵੱਲੋਂ ਸੋਧ ਕਰਕੇ ਜਾਰੀ ਕੀਤੇ ਗਏ ਨਵੇਂ ਤਿੰਨ ਖੇਤੀ ਆਰਡੀਨੈਂਸਾਂ ਦੀ ਜਮ ਕੇ ਨਖੇਦੀ ਕੀਤੀ ਹੈ ਇਸ ਸਬੰਧੀ ਮਹਿਲਾ ਮੋਰਚਾ ਟੀਮ ਨੇ ਇੱਕ ਮੀਟਿੰਗ ਵੀ ਕੀਤੀ ਹੈ ਜਿਸ ਵਿੱਚ ਭਾਜਪਾ ਦੇ ਮਹਿਲਾ ਸ਼ਸ਼ਕਤੀਕਰਨ ਮੋਰਚੇ ਦੀ ਸੂਬਾਈ ਇਨਚਾਰਜ ਬੀਬੀ ਨਰਿੰਦਰ ਕੌਰ ਗਿੱਲ ਨੇ ਭਾਜਪਾ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਜੀ ਉਹਨਾਂ ਦੇ ਸਮਰਥਨ ਦੇ ਵਿੱਚ ਇਸ ਟੀਮ ਦੀਆਂ ਬਾਕੀ ਸਾਥਣਾਂ ਵਿੱਚ ਭਾਜਪਾ ਦੀ ਉੱਤਰੀ ਪਟਿਆਲਾ ਤੋਂ ਮਹਿਲਾ ਮੋਰਚਾ ਦੀ ਜਨਰਲ ਸਕੱਤਰ ਸ਼ਕੁੰਤਲਾ ਬਾਜਵਾ ਮਹਿਲਾ ਮੋਰਚਾ ਦੀ ਕੈਸ਼ੀਅਰ ਜਗੀਰ ਕੌਰ ਤੇ ਸੋਸ਼ਲ ਮੀਡੀਆ ਕਨਵੀਨਰ ਅਨੀਤਾ ਰਾਣੀ ਤੇ ਪ੍ਰਭਜੋਤ ਕੌਰ ਨੇ ਵੀ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਖੇਤੀ ਬਿੱਲਾਂ ਦੇ ਵਿਰੁੱਧ ਵੱਜੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ ਜੀ ਇਸ ਮੌਕੇ ਬੀਬੀ ਨਰਿੰਦਰ ਕੌਰ ਗਿੱਲ ਨੇ ਆਖਿਆ ਕਿ ਉਹ ਸਾਰੀਆਂ ਕਿਸਾਨ ਪਰਿਵਾਰਾਂ ਨਾਲ ਸੰਬੰਧਤ ਹਨ ਤੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਖੇਤੀ ਕਾਨੂੰਨ ਕਿਸਾਨ ਵਿਰੋਧੀ ਹਨ ਸਰੋਤੇ ਵੀਰੋ ਤੁਹਾਨੂੰ ਵੀ ਜੇ ਲੱਗਦਾ ਹੈ ਕਿ ਬੀਬਾ ਜੀ ਹਰਵਾਂ ਨੇ ਚੰਗਾ ਕੀਤਾ ਕਿਉਂਕਿ ਜਿੰਨੀਆਂ ਮਹਿਲਾ ਮੋਰਚਾ ਦੀਆਂ ਭਾਜਪਾ ਦੀਆਂ ਪ੍ਰਧਾਨ ਸਨ ਕੈਸ਼ੀਅਰ ਸਨ ਕਨਵੀਨਰ ਸਨ ਉਹਨਾਂ ਸਾਰੀਆਂ ਬੀਬੀਆਂ ਨੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਜੀ ਤੁਸੀਂ ਕਮੈਂਟ ਸੈਕਸ਼ਨ 'ਚ ਆਪਣੇ ਵਿਚਾਰ ਜ਼ਰੂਰ ਰੱਖੋ ਕੇਂਦਰ ਸਰਕਾਰ ਇਹਨਾਂ ਬਿੱਲਾਂ ਨੂੰ ਵਾਪਸ ਲੈਣ ਦੇ ਲਈ ਰਾਜ਼ੀ ਨਹੀਂ ਹੋ ਰਹੀ ਤੇ ਦੇਸ਼ ਦੇ ਅਨੁਦਾਤੇ ਨਾਲ ਕੀਤਾ ਜਾ ਰਿਹਾ ਤਾਨਾਸ਼ਾਈ ਸਲੂਕ ਦੇ ਕਾਰਨ ਉਹ ਬੇਹੱਦ ਦੁਖੀ ਹਨ ਤੇ ਇਸ ਰੋਜ਼ ਦੇ ਵਜੋਂ ਉਹਨਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਮਹਿਲਾ ਮੋਰਚੇ ਦੇ ਨਾਲ ਸੰਬੰਧਿਤ ਹੋਰ ਔਰਤਾਂ ਵੀ ਆਪਣੇ ਅਸਤੀਫੇ ਦੇਣਗੀਆਂ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਜੀ ਪੂਰਾ ਹੀ ਭਾਜਪਾ ਦਾ ਜਿਹੜਾ ਮਹਿਲਾ ਮੋਰਚਾ ਸੀ ਪੰਜਾਬ ਦੇ ਵਿੱਚ ਪਲਾਂ ਦੇ ਵਿੱਚ ਤਹਿਸ ਨੈਸ ਹੋ ਗਿਆ ਟੈ ਢੇਰੀ ਹੋ ਗਿਆ ਸਾਰੇ ਅਹੁਦੇਦਾਰਾਂ ਨੇ ਰਾਤੋ ਰਾਤ ਮੀਟਿੰਗ ਕਰਕੇ ਅਸਤੀਫਿਆਂ ਦੀ ਝੜੀ ਲਾ ਦਿੱਤੀ ਹੈ ਜੀ ਵਲੇਟ ਵਲੇਟ ਕੇ ਉਹਨਾਂ ਨੇ ਮੋਦੀ ਦੇ ਮੂੰਹ ਦੇ ਉੱਪਰ ਅਸਤੀਫੇ ਮਾਰੇ ਨੇ ਕਿ ਮੋਦੀ ਸਰਕਾਰ ਨੇ ਖੇਤੀ ਕਾਨੂੰਨ ਲਿਆ ਕੇ ਚੰਗਾ ਨਹੀਂ ਕੀਤਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਮੋਦੀ ਸਰਕਾਰ ਦੇ ਬਾਰੇ ਤੇ ਇਨ੍ਹਾਂ ਪੰਜਾਬ ਦੀਆਂ ਭੈਣਾਂ ਦੇ ਬਾਰੇ ਬੀਬੀਆਂ ਦੇ ਬਾਰੇ ਜਿਨ੍ਹਾਂ ਨੇ ਮੀਟਿੰਗ ਕਰਕੇ ਰਾਤੋ-ਰਾਤ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਨੇ ਦੋ ਵਿਚਾਰ ਜ਼ਰੂਰ ਬਣਦੇ ਲਿਖੋ ਧੰਨਵਾਦ